ਵਿਆਹ ਦੀ ਗੱਲ ਚੱਲਦੀ ਹੈ ਤਾਂ ਪੁਰਾਣੇ ਬਜ਼ੁਰਗ ਦੇਸੀ ਤਰੀਕਾਂ ਦੇ ਮੁਤਾਬਿਕ ਦੇਖਦੇ ਸੀਗੇ ਕਿ ਪਹਿਲੀ ਨੂੰ ਕਰਨਾ, ਦੂਜੀ ਨੂੰ ਕਰਨਾ, ਚੌਥੀ ਨੂੰ ਕਰਨਾ, ਤੇਰਵੀਂ ਨੂੰ ਕਰਨਾ, ਕਿਹੜੀ ਤਾਰੀਖ ਨੂੰ ਵਿਆਹ ਕਰਨਾ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀਗਾ ਕਿ ਕਿਹੜੀ ਤਾਰੀਖ ਦਾ ਅਸਰ ਕਿੱਦਾਂ ਦਾ ਹੁੰਦਾ। ਅਸੀਂ ਕੁਝ ਤਾਰੀਖਾਂ ਦੇ ਬਾਰੇ ਪਿਛਲੇ ਦਿਨਾਂ 'ਚ ਗੱਲ ਕੀਤੀ ਸੀਗੀ ਅਤੇ ਅੱਜ ਅੱਗੇ ਉਸ ਟੌਪਿਕ ਨੂੰ ਵਧਾ ਰਹੇ ਹਾਂ। ਯਾਨੀ ਕਿ ਜੇ ਦੇਸੀ ਮਹੀਨੇ ਦੀ 6ਵੀਂ ਤਾਰੀਖ ਨੂੰ ਵਿਆਹ ਕਰਦੇ ਹਾਂ ਤਾਂ ਵਿਆਹ ਜਿਹੜਾ ਹੈ ਪੂਰਾ ਹੁੰਦੇ ਸਾਰ ਹੀ ਇਨਸਾਨ ਦੇ ਹਰ ਕੰਮ ਦੇ ਵਿੱਚ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀ ਹੈ ਅਤੇ ਆਖਿਰ ਦੇ ਵਿੱਚ ਬਰਬਾਦੀ ਹੁੰਦੀ ਹੈ। ਦੇਸੀ ਮਹੀਨੇ ਦੀ ਜੇ 7ਵੀਂ ਤਾਰੀਖ ਦੇ ਵਿੱਚ ਆਪਾਂ ਵਿਆਹ ਕਰਦੇ ਹਾਂ ਤਾਂ ਉਹਨੂੰ ਕਹਿੰਦੇ ਹਾਂ ਸਰਵੋਤਮ ਵਿਵਾਹ ਤਾਰੀਖ ਹੁੰਦੀ ਹੈ। ਨਿਸ਼ਠਾਵਾਨ ਸ਼ੀਲਵਾਨ ਹੋ ਕੇ ਪਤੀ ਦੇ ਘਰ ਦੇ ਵਿੱਚ ਲਕਸ਼ਮੀ ਦੇ ਸਮਾਨ ਸੁੱਖ ਦੇਣ ਵਾਲੀ ਬਹੂ ਜਿਹੜੀ ਹੈ ਉਹ ਆ ਕੇ ਧੰਨ ਧਾਨਿਆ ਸੁੱਖ ਸਮਰਿਧੀ ਈਸ਼ਵਰਿਆ ਅਤੇ ਨਾਲ ਬਹੁਤ ਜ਼ਿਆਦਾ ਸੰਪੱਤੀ ਦਾਇਕ ਹੁੰਦੀ ਹੈ। ਯਾਨੀ ਕਿ ਦੇਸੀ ਮਹੀਨੇ ਦੀ 7ਵੀਂ ਤਾਰੀਖ ਸਭ ਤੋਂ ਵਧੀਆ ਵਿਆਹ ਦੇ ਲਈ ਹੁੰਦੀ ਹੈ। ਜੇ ਦੇਸੀ ਮਹੀਨੇ ਦੀ 8ਵੀਂ ਤਾਰੀਖ ਨੂੰ ਵਿਆਹ ਹੋ ਜਾਵੇ ਤਾਂ ਐਸੀ ਹਾਲਤ ਦੇ ਵਿੱਚ ਕੋਈ ਮਾਇਨਾ ਨਹੀਂ ਰੱਖਦਾ ਉਹ ਵਿਆਹ, ਕਿਸੇ ਤਰ੍ਹਾਂ ਦਾ ਚੰਗਾ ਜਾਂ ਮਾੜਾ ਫਲ ਨਹੀਂ ਮਿਲਦਾ। ਦੇਸੀ ਮਹੀਨੇ ਦੀ 9ਵੀਂ ਤਾਰੀਖ ਨੂੰ ਜਦੋਂ ਵਿਆਹ ਹੁੰਦਾ ਤਾਂ ਪਤੀ ਨੂੰ ਹਰ ਸਮੇਂ ਸ਼ੋਕ ਦੇਣ ਵਾਲੀ ਪਤਨੀ ਆਉਂਦੀ ਹੈ ਘਰ ਦੇ ਵਿੱਚ ਅਤੇ ਉਹਦਾ ਜੀਵਨ ਜਿਹੜਾ ਹੈਗਾ ਉਹ ਦੁੱਖਾਂ ਦੇ ਨਾਲ ਭਰ ਜਾਂਦਾ ਹੈ। ਦੇਸੀ ਮਹੀਨੇ ਦੀ 10ਵੀਂ ਤਾਰੀਖ ਨੂੰ ਜਦੋਂ ਵਿਆਹ ਹੁੰਦਾ ਤਾਂ ਆਨੰਦ ਦੇਣ ਵਾਲੀ ਪਤਨੀ ਆਉਂਦੀ ਹੈ ਜਿਹੜੀ ਸਾਰੇ ਪਰਿਵਾਰ ਨੂੰ ਆਨੰਦ ਦੇ ਨਾਲ ਖੁਸ਼ੀ ਦੇ ਨਾਲ ਭਰਪੂਰ ਰੱਖਦੀ ਹੈ। ਦੇਸੀ ਮਹੀਨੇ ਦੀ 11ਵੀਂ ਤਾਰੀਖ ਨੂੰ ਜੇ ਵਿਆਹ ਹੁੰਦਾ ਤਾਂ ਪੂਰੇ ਪਰਿਵਾਰ ਦੇ ਲਈ ਕੰਨਿਆਂ ਦਾ ਉਸ ਘਰ 'ਚ ਆਉਣ ਦਾ ਮਤਲਬ ਹੈ ਸੁੱਖਾਂ ਦੀ ਬਾਰਿਸ਼ ਹੋ ਗਈ, ਪਰਿਵਾਰ ਦੇ ਵਿੱਚ ਸੁੱਖ ਵੱਧਦੇ ਰਹਿੰਦੇ ਹਨ। ਦੇਸੀ ਮਹੀਨੇ ਦੀ 12ਵੀਂ ਤਾਰੀਖ ਨੂੰ ਜੇ ਵਿਆਹ ਹੁੰਦਾ ਤਾਂ ਸਰਵ ਸੁੱਖ ਸੰਪੰਨ ਹੋ ਕੇ ਜਿਹੜਾ ਪਰਿਵਾਰ ਦੇ ਵਿੱਚ ਜਿਹੜਾ ਸੁੱਖਾਂ ਦਾ ਵਾਧਾ ਹੁੰਦਾ ਹੈ। ਦੇਸੀ ਮਹੀਨੇ ਦੀ 13ਵੀਂ ਤਾਰੀਖ ਨੂੰ ਜੇ ਵਿਆਹ ਹੁੰਦਾ ਤਾਂ ਸਨਮਾਨ ਵਧਾਉਣ ਵਾਲਾ ਹੁੰਦਾ, ਖੂਬ ਨਾਮ ਕਮਾਉਣ ਵਾਲਾ ਹੁੰਦਾ ਅਤੇ ਇੱਦਾਂ ਦੀਆਂ ਹੀ ਉਹਦੀਆਂ ਸੰਤਾਨਾਂ ਪੈਦਾ ਹੁੰਦੀਆਂ ਜਿਹੜੀਆਂ ਬਹੁਤ ਨਾਮ ਜਿਹੜਾ ਹੈ ਕਮਾਉਂਦੀਆਂ। ਦੇਸੀ ਮਹੀਨੇ ਦੀ 14ਵੀਂ ਤਾਰੀਖ ਨੂੰ ਜਦੋਂ ਵਿਆਹ ਹੁੰਦਾ ਤਾਂ ਲੜਕੇ ਦੇ ਉੱਤੇ ਕਲੰਕ ਲੱਗ ਜਾਂਦਾ, ਪਰਿਵਾਰ ਦੇ ਉੱਤੇ ਵੀ ਕਲੰਕ ਲੱਗਦਾ, ਇੱਦਾਂ ਦਾ ਵਿਆਹ ਹੁੰਦਾ, ਧਿਆਨ ਰੱਖੋ। ਦੇਸੀ ਮਹੀਨੇ ਦੀ ਪੂਰਨਮਾਸ਼ੀ ਨੂੰ ਜਦੋਂ ਵਿਆਹ ਹੁੰਦਾ ਤਾਂ ਹਰ ਤਰ੍ਹਾਂ ਦੇ ਸੁੱਖ ਮਿਲਦੇ ਆ, ਵਿਵਾਹਿਕ ਜੀਵਨ ਜਿਹੜਾ ਹੈਗਾ ਉਸ ਤੋਂ ਬਾਅਦ ਹੀ ਕੰਨਿਆਂ ਦਾ ਆਉਣਾ ਜਿਹੜਾ ਬਹੁਤ ਸੁੱਖਮਾਏ ਹੋ ਜਾਂਦਾ ਹੈ। ਕਈ ਲੋਕ ਕਹਿੰਦੇ ਜੀ ਅਸੀਂ ਤਾਂ ਵਹਿਮ ਹੀ ਨਹੀਂ ਕਰਦੇ, ਜਦੋਂ ਮਰਜ਼ੀ ਹੋਵੇ, ਗ੍ਰਹਿਣ ਹੋਵੇ, ਮੱਸਿਆ ਹੋਵੇ ਅਤੇ ਉਹ ਮੱਸਿਆ ਵਾਲੇ ਦਿਨ ਵਿਆਹ ਕਰਦੇ ਆ। ਅਮਾਵਸ 'ਤੇ ਜਦੋਂ ਵੀ ਵਿਆਹ ਹੁੰਦਾ ਅਤੇ ਦੋਨਾਂ ਦੇ ਵਿੱਚੋਂ ਕਿਸੇ ਇੱਕ ਦੀ ਜਾਂ ਮੌਤ ਹੋ ਜਾਂਦੀ ਹੈ ਜਾਂ ਦੋਨਾਂ ਦੇ ਵਿੱਚ ਤਲਾਕ ਹੋ ਜਾਂਦਾ ਜਾਂ ਫਿਰ ਦੋਨਾਂ 'ਚੋਂ ਇੱਕ ਜਾਣਾ ਆਪਣੇ ਪ੍ਰੇਮੀ ਜਾਂ ਪ੍ਰੇਮਿਕਾ ਦੇ ਨਾਲ ਹੀ ਭੱਜ ਜਾਂਦਾ ਹੈ, ਯਾਨੀ ਕਿ ਮੈਰਿਡ ਲਾਈਫ ਖਤਮ ਹੋ ਜਾਂਦੀ ਹੈ। ਸੋ ਦੋਸਤੋ, ਤਰੀਕਾਂ ਦਾ ਇੱਕ ਆਪਣਾ ਹੀ ਮਹੱਤਵ ਹੈਗਾ, ਜਨਮ ਅੰਕ ਦੇ ਮੁਤਾਬਿਕ ਜਿਹੜਾ ਗ੍ਰਹਿਆਂ ਦੇ ਉੱਤੇ ਆਧਾਰ ਫਲ ਜਿਹੜੇ ਆ ਉਹ ਜ਼ਿਆਦਾ ਹੋ ਸਕਦੇ ਆ, ਲੇਕਿਨ ਫਲ ਮਿਲੇ ਜਾਂ ਨਾ ਮਿਲੇ ਇਹ ਅਸੰਭਵ ਹੈਗਾ। ਅਸੀਂ ਜਿਹੜਾ ਚੰਗੇ ਸ਼ੁਭ ਤਾਰੀਖ ਵਾਰ ਨੂੰ ਹੀ ਲਗਨ ਕਰਕੇ ਜਿਹੜਾ ਹੈ ਆਉਣ ਵਾਲੇ ਟਾਈਮ ਦੇ ਉੱਤੇ ਜਿਹੜੀਆਂ ਪਰੇਸ਼ਾਨੀਆਂ ਆ ਸਕਦੀਆਂ ਉਹਦੇ ਤੋਂ ਬਚ ਸਕਦੇ ਹਾਂ। ਜੇ ਸਿਰਫ ਸੁੱਖ ਦੇ ਲਈ ਵਿਆਹ ਕੀਤਾ, ਖਾਨਦਾਨ ਦੇ ਵਾਧੇ ਲਈ ਕੀਤਾ ਤਾਂ ਬਹੁਤ ਜ਼ਰੂਰੀ ਹੈਗਾ ਕਿ ਇੱਦਾਂ ਦੀਆਂ ਸਥਿਤੀਆਂ ਨਾ ਆਉਣ ਕਿ ਵਿਆਹ ਜਿਹੜਾ ਹੈ ਕੋਰਟ ਕਚਹਿਰੀ ਤੱਕ ਪਹੁੰਚੇ। ਸੋ ਅੱਜ ਕੱਲ੍ਹ ਇਹਨਾਂ ਚੀਜ਼ਾਂ ਨੂੰ ਬਹੁਤ ਘੱਟ ਮਹੱਤਵ ਦਿੱਤਾ ਜਾਂਦਾ ਹੈ। ਸੋ ਜਿਹੜੇ ਲੋਕ ਸਿਆਣੇ ਆ ਉਹ ਬਹੁਤ ਧਿਆਨ ਦਿੰਦੇ ਆ ਇੱਧਰ, ਇਸ ਲਈ ਜਿਹੜੇ ਵੀ ਆਪਣੇ ਬੇਟੇ ਜਾਂ ਬੇਟੀ ਦਾ ਸੁੱਖ ਚਾਹੁੰਦੇ ਨੇ ਤਾਂ ਇਹਨਾਂ ਤਰੀਕਾਂ ਦੇ ਵਿੱਚ ਜਿਹੜਾ ਅਸੀਂ ਦੱਸਿਆ ਇਹਨਾਂ 'ਚ ਵਿਆਹ ਕਦੀ ਵੀ ਨਾ ਕਰੋ, ਇਹ ਨੋਟ ਕਰ ਲਓ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹੀ ਸੰਦੇਸ਼ ਤੁਸੀਂ ਦਿੰਦੇ ਰਹੋ। ਫਿਲਹਾਲ ਸਾਡਾ ਹਰ ਵਾਰੀ ਦਾ ਸੰਦੇਸ਼ ਤੁਹਾਡੇ ਕੋਲ ਫਿਰ ਦੁਬਾਰਾ ਕਿ ਬੂਟੇ ਜ਼ਰੂਰ ਲਗਾਓ, ਬਿਲਕੁਲ ਫ੍ਰੀ ਹੈ ਤੁਹਾਡੇ ਲਈ ਬੂਟੇ, ਇੱਕ ਏਕੜ ਦਾ ਪਲਾਂਟ ਹੈ, ਘਰੇ ਲਗਾਓ, ਗਮਲੇ ਦੇ ਵਿੱਚ ਜਾਂ ਬਾਹਰ ਲਗਾਓ, ਰੋਜ਼ ਇਹਨੂੰ ਦੁੱਧ ਜਾਂ ਪਾਣੀ ਚੜਾਓਗੇ ਤਾਂ ਤੁਹਾਡੀਆਂ ਟੈਨਸ਼ਨਸ ਦੂਰ ਹੋਣਗੀਆਂ, ਫ੍ਰੀ ਹੈ, ਇਹਦੇ ਕੋਈ ਚਾਰਜਿਸ ਨਹੀਂ ਹੈ। ਸੋ ਸਾਨੂੰ ਮਿਲਣਾ ਤਾਂ ਸਕਰੀਨ 'ਤੇ ਸਾਡੇ ਨੰਬਰਸ ਦਾ ਟਾਈਮ ਲੈ ਕੇ ਨਾਮ ਨੋਟ ਕਰਾ ਕੇ ਆ ਕੇ ਮਿਲ ਸਕਦੇ ਹੋ ਜਾਂ ਟੈਲੀਫੋਨਿਕ ਅਪੁਆਇੰਟਮੈਂਟ ਵੀ ਲੈ ਸਕਦੇ ਹੋ। ਜਾਣ ਤੋਂ ਪਹਿਲਾਂ ਇਹੀ ਕਹਾਂਗੇ ਸਭ ਤੋਂ ਵੱਡਾ ਦਰਸਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਚੁੱਕੇ ਰਹੀਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਰਹੀਓ, ਗੁਰੂ ਜੀ ਨੇ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲੀਓ, ਗਾਲਾਂ ਨਾ ਕੱਢੀਓ, ਕਿਸੇ ਦਾ ਮਾੜਾ ਨਾ ਕਰੀਓ, ਤਕਦੀਰ ਬਹੁਤ ਵਧੀਆ ਹੋਜੂਗੀ, ਧੀਆਂ ਨੂੰ ਕੁੱਖਾਂ 'ਚ ਨਾ ਮਾਰੀਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰੀਓ ਅਤੇ 10 ਬੰਦ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੀ ਸਾਰੀ ਲਾਈਫ ਬਹੁਤ ਜ਼ਿਆਦਾ ਵਧੀਆ ਹੋਊਗੀ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਨਮਸਕਾਰ।